ਜਾਇਜ਼ ਸ਼ਰਾਬ ਦੀ ਸਮਗਲਿੰਗ ਹੋ ਸਕਦੀ ਹੈ ਤਾਂ RDX ਦੀ ਐਂਟਰੀ ਮੁਸ਼ਕਲ ਨਹੀਂ। ਪ੍ਰਾਪਤ ਜਾਣਕਾਰੀ ਮੁਤਾਬਕ ਕੈਂਟ ਵਿੱਚ ਨਜਾਇਜ਼ ਸ਼ਰਾਬ ਦੀ ਸਮਗਲਿੰਗ ਵੱਲ ਇਸ਼ਾਰਾ ਕਰਦੀ ਹੈ ਕਿ ਜੇਕਰ ਕੈਂਟ ਵਿੱਚ ਨਜਾਇਜ਼ ਸ਼ਰਾਬ ਦਾਖਲ ਹੋ ਸਕਦੀ ਹੈ ਤਾਂ RDX ਅਤੇ ਹੋਰ ਹਥਿਆਰਾਂ ਦੀ ਐਂਟਰੀ ਹੋਣਾ ਵੀ ਮੁਸ਼ਕਲ ਨਹੀਂ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਂਟ ਖਤਰੇ ਦੇ ਸਾਈ ਹੇਠ ਹੈ। ਜ਼ਿਕਰਯੋਗ ਹੈ ਕਿ ਕੈਂਟ ਵਿੱਚ ਹਰ ਐਂਟਰੀ 'ਤੇ ਆਰਮੀ ਦਾ ਪਹਿਰਾ ਹੁੰਦਾ ਹੈ ਅਤੇ ਇਸ ਦੇ ਬਾਵਜੂਦ ਵੀ ਜੇਕਰ ਕੋਈ ਨਜਾਇਜ਼ ਚੀਜ਼ ਕੈਂਟ ਵਿੱਚ ਦਾਖਲ ਹੁੰਦੀ ਹੈ ਤਾਂ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠਣਾ ਲਾਜ਼ਮੀ ਹੈ। ਐਂਟਰੀ ਪੁਆਇੰਟਸ 'ਤੇ ਆਰਮੀ ਜਵਾਨਾਂ ਵੱਲੋਂ ਹਰ ਵਾਹਨ ਚਾਲਕ ਦਾ ਪਛਾਣ ਪੱਤਰ ਚੈੱਕ ਕੀਤਾ ਜਾਂਦਾ ਹੈ ਪਰ ਸਿਰਫ ਹਾਈ ਅਲਰਟ ਹੋਣ 'ਤੇ ਹੀ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਅਜਿਹੇ ਵਿੱਚ ਕੈਂਟ ਵਿੱਚ ਵਾਹਨਾਂ ਵਿੱਚ ਨਜਾਇਜ਼ ਚੀਜ਼ ਲੈ ਕੇ ਐਂਟਰੀ ਕਰਨਾ ਕੋਈ ਮੁਸ਼ਕਲ ਗੱਲ ਨਹੀਂ ਹੈ। ਫਰਜ਼ੀ ਪਛਾਣ ਪੱਤਰ ਬਣਾਉਣਾ ਅੱਤਵਾਦੀ ਮਾਡਿਊਲਸ ਲਈ ਬੇਹੱਦ ਆਸਾਨ ਹੈ ਅਤੇ ਅਜਿਹਾ ਕਰਨ ਵਿੱਚ ਉਹ ਐਕਸਪਰਟ ਹਨ। ਪੁਲਵਾਮਾ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਭਾਰਤ ਲਈ ਖਤਰੇ ਦੀ ਘੰਟੀ ਹੈ। ਜਲੰਧਰ ਨੂੰ ਵੀ ਸੈਂਸਿਟਿਵ ਏਰੀਏ ਵਿੱਚ ਗਿਣਿਆ ਜਾਂਦਾ ਹੈ। ਕੈਂਟ ਵਿੱਚ ਐਂਟਰੀ ਪੁਆਇੰਟਸ 'ਤੇ ਚੈਕਿੰਗ ਨਾ ਹੋਣ ਕਾਰਨ ਅੱਤਵਾਦੀ ਸਲੀਪਰ ਸੈੱਲ ਦਾ ਸਹਾਰਾ ਲੈ ਕੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਅਤੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਸਲੀਪਰ ਸੈੱਲ ਦੀ ਮਦਦ ਨਾਲ ਅੱਤਵਾਦੀਆਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਕੈਂਟ ਨਾਲ ਲੱਗਦੇ ਦੀਪਨਗਰ ਅਤੇ ਰਾਮਾ ਮੰਡੀ ਵਿੱਚ ਕਈ ਕਸ਼ਮੀਰੀ ਵਿਦਿਆਰਥੀ ਰਹਿੰਦੇ ਹਨ ਅਤੇ ਪੁਲਿਸ ਦੀ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੂੰ ਇੱਕਾ ਦੁੱਕਾ ਛੱਡ ਕੇ PG ਅਤੇ ਕੋਠੀਆਂ ਵਿੱਚ ਰਹਿ ਰਹੇ ਕਸ਼ਮੀਰੀ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਕੋਈ ਜਾਣਕਾਰੀ ਨਹੀਂ ਹੈ। ਕੈਂਟ ਨੂੰ ਸ਼ਹਿਰ ਦਾ ਸਭ ਤੋਂ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ। ਜੇਕਰ ਕੈਂਟ ਵਿੱਚ ਵੀ ਸੁਰੱਖਿਆ ਵਿੱਚ ਕੋਤਾਹੀ ਵਰਤੀ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੈਂਟ ਵਿੱਚ ਸ਼ਰਾਬ ਦੀ ਨਜਾਇਜ਼ ਸਮਗਲਿੰਗ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੈਂਟ ਵਿੱਚ ਖੁਫੀਆ ਵਿਭਾਗ ਫੇਲ ਹੈ, ਕਿਉਂਕਿ ਜੇਕਰ ਖੁਫੀਆ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਤਾਂ ਪਹਿਲਾਂ ਹੀ ਸਮਗਲਿੰਗ 'ਤੇ ਰੋਕ ਲੱਗ ਗਈ ਹੁੰਦੀ। ਸ਼ਰਾਬ ਸਮਗਲਿੰਗ ਤਾਂ ਇੱਕ ਛੋਟਾ ਏਜੰਡਾ ਹੈ, ਜੇਕਰ ਖੁਫੀਆ ਵਿਭਾਗ ਕੋਲ ਇਸ ਦੀ ਹੀ ਇਨਪੁੱਟ ਨਹੀਂ ਹੈ ਤਾਂ ਭਵਿੱਖ ਵਿੱਚ ਜੇਕਰ ਕੋਈ ਅੱਤਵਾਦੀ ਗਰੁੱਪ ਵੱਡੀ ਵਾਰਦਾਤ ਦੀ ਪਲੈਨਿੰਗ ਕਰਦਾ ਹੈ ਤਾਂ ਇਸ ਨੂੰ ਡਿਟੈਕਟ ਕਿਵੇਂ ਕੀਤਾ ਜਾ ਸਕੇਗਾ? ਕੈਂਟ ਵਿੱਚ ਆਰਮੀ ਇੰਟੈਲੀਜੈਂਸ CID ਅਤੇ IB ਬਾਰੇ ਸਾਰੇ ਵਿਭਾਗ ਸਰਗਰਮ ਹੁੰਦੇ ਹਨ। ਅਜਿਹੇ ਵਿੱਚ ਇਹਨਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਕੋਈ ਵੀ ਸੁਰੱਖਿਆ ਵਿਵਸਥਾ ਨੂੰ ਚੈਲੰਜ ਕਰ ਸਕਦਾ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ TV।